ਉਹਨਾਂ ਨੇ ਜੀ ਤਬਾ 4000 ਰੁਪਈਆ ਦੇ ਕੇ ਦੰਦ ਸਾਫ ਕਰਾਏ ਨੇ, ਸਾਫ ਨਹੀਂ ਆਏ। 200 ਦਾ ਬੁਰਸ਼ ਮਾਰਾ, ਦੰਦ ਸਾਫ ਨਹੀਂ ਆਏ। ਕੋਈ ਬੰਦਾ ਇਸ ਕੱਪੜੇ ਨੂੰ ਸਾਫ ਕਰ ਦੇਵੇ ਸਿਰਫ ਸੋਡੇ ਸਾਬਣ ਨਾਲ, ਜ਼ਿਆਦਾ ਨਹੀਂ 1000 ਰੁਪਈਆ ਮਠਿਆਈ ਵਾਸਤੇ ਦਿਆਂਗਾ। ਬੰਦੇ ਕਹਿੰਦੇ ਨੇ ਜੀ ਹੁਣੇ ਧੋਵੋ, ਹੁਣੇ ਸਾਫ ਹੋ ਜਾਏਗਾ। ਮੇਰੇ ਛੋਟੇ ਭਰਾ ਨੇ ਤਸੱਲੀ ਨਾਲ ਕੱਪੜਾ ਨੱਪ ਨੱਪ ਕੇ ਧੋ ਦਿੱਤਾ, ਲੇਕਿਨ ਇਹਨੇ ਸਾਫ ਕਰਿਆ ਜੀ। ਜਿਹਨੂੰ ਅੱਲਾ ਨੇ ਅੱਖਾਂ ਦਿੱਤੀਆਂ ਨੇ ਲਾਜ਼ਮੀ ਬੋਲਿਆ ਜੇ ਕਿ ਧੋਣ ਤੋਂ ਬਾਅਦ ਇਹ ਦਾਗ ਉਤਰ ਗਿਆ ਕਿ ਅੱਗੇ ਨਾਲੋਂ ਵੀ ਜ਼ਿਆਦਾ ਹੋ ਗਿਆ। ਬੋਲੋ ਯਾਰ, ਫਿਰ ਉਹ ਗੱਲ ਗੋਂਗਿਆਂ ਵਾਲੀ ਕਰਾਂਗਾ ਜੀ। ਇਹ ਦਾਗ ਉਤਰ ਗਿਆ ਕਿ ਜ਼ਿਆਦਾ ਹੋ ਗਿਆ? ਜ਼ਿਆਦਾ ਹੋ ਗਿਆ। ਜਿਸ ਬੰਦੇ ਦੇ ਦੰਦ ਹੋ ਗਏ ਨੇ ਜੀ ਤਬਾਹ, ਕਰੀ ਜਾ ਕੇ ਮੇਰੇ ਸਪੋਰਟਰ ਨੂੰ ਅੰਗਲ ਨਾਲ ਮਾਰੋ, ਪੁਰਸ਼ ਨਾਲ ਮਾਰੋ, ਮਸਵਾਕ ਨਾਲ ਮਾਰੋ। ਕੋਈ ਸ਼ੈ ਨਹੀਂ ਲੱਭਦੀ, ਥੋੜੀ ਜਿਹੀ ਰੋਹ ਲੈਣੀ ਆ, ਕਪਾਹ ਦਾ ਬੂੜਾ ਲੈਣਾ, ਥੋੜੀ ਜਿਹੀ ਦਵਾਈ ਉਹ ਬੱਚੇ ਨੇ ਚਾਹੀ ਆ, ਮੈਂ ਗਲਾਸ ਦੇ ਵਿੱਚ ਪਾਈ ਆ, ਉਹੀ ਦਵਾਈ ਤੇਰੇ ਸਾਹਮਣੇ ਮੈਂ ਰੋਹ ਦੇ ਉੱਤੇ ਪਾਈ ਆ। ਰੋਹ ਦੇ ਉੱਤੇ ਪਾ, ਇਹਨੂੰ ਚੁੱਕ ਵਲੇਟ, ਦੰਦਾਂ ਦੇ ਅੰਦਰ ਬਾਹਰ ਅੱਛੇ ਤਰੀਕੇ ਨਾਲ ਨੱਪ ਕੇ ਮਾਰ। ਸਾਡੇ ਪਾਣੀ ਦੀਆਂ ਕਰਨੀਆਂ ਨੇ ਜੀ ਤਰੂਲੀਆਂ, ਜਾਂ ਫਿਰ ਸਦਕਾ ਪੰਜਾਂ ਤੇ ਬਾਰਾਂ ਦੀ ਅਜ਼ਮਤ ਆ, ਪੰਜ ਤਣੀ ਪੰਜ। ਮੇਰੇ ਮੌਲਾ ਹੁਸੈਨ ਦੇ ਸਦਕੇ ਇਹ ਬਾਬੇ ਕੁਤਬੂ ਦੀਨ ਦਾ ਲੰਗਰ ਇਹ ਜਿੱਥੇ ਜਿੱਥੇ ਜਾਵੇਗਾ ਇਹ ਤੇਰੇ 20-20 ਸਾਲ ਦੇ ਕਰੜੇ ਨੂੰ ਇਹਨੇ ਸਾਫ ਕਰੇਗਾ, ਜਿਵੇਂ ਤੁਹਾਡੇ ਕਰਦਾ ਜੇ ਕੱਪੜੇ ਨੂੰ ਸਾਫ। ਜਿਹਨਾਂ ਨੂੰ ਸੱਚ ਨਜ਼ਰ ਆਇਆ, ਜਿਹੜੇ ਸਹੀ ਤੇ ਮੰਨਣ ਵਾਲੇ, ਜੇ ਜ਼ੋਰ ਨਾਲ ਤਾੜੀ ਮਾਰੋ ਸਾਨੂੰ ਵੀ ਪਤਾ ਲੱਗੇ। ਕੱਪੜੇ ਨੂੰ ਸਾਫ ਤੇਰੇ ਕੋਲ ਯਾਰ ਬੇਲੀ ਸੱਜਣ, ਆਂਢੀ ਗਵਾਂਢੀ, ਪਿੰਡ ਦੇ ਲੋਕ ਤੇਰੀ ਬਾਂਹ ਤੇ ਫੜ ਕੇ ਪੁੱਛਣਗੇ ਦੰਦਾਂ ਤੇ ਕੀ ਮਾਰੇ, ਤੇ ਕਹਿੰਦੀ ਲਾਹੌਰ ਸ਼ਹਿਰ ਦੇ ਵਿੱਚ ਕੋਈ ਸਗਤ ਮੰਨਣ ਵਾਲਾ ਆਇਆ ਸੀ।